ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਗੱਲ ਕਰਾਂਗੇ 28 ਅਪ੍ਰੈਲ ਸਵੇਰ ਦੇ ਸਮੇਂ ਦੀਆਂ ਕੁਝ ਮੁੱਖ ਵੱਡੀਆਂ ਖਬਰਾਂ ਬਾਰੇ। ਸੋ ਪਹਿਲੀ ਖਬਰ ਵੱਲ ਵਧਦੇ ਹਾਂ। ਪਹਿਲੀ ਖਬਰ ਜਿਹੜੀ ਪੰਜਾਬ ਦੀ ਬੜੀ ਵੱਡੀ ਖਬਰ ਆ ਰਹੀ ਹੈ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਜਿਹੜੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਸ਼੍ਰੀ ਹਜੂਰ ਸਾਹਿਬ ਤੋਂ ਆਏ 6 ਸ਼ਰਧਾਲੂਆਂ ਦੀ ਜਿਹੜੀ ਰਿਪੋਰਟ ਆ ਉਹ ਪੋਜ਼ਿਟਿਵ ਆਈ ਹੈ। ਇੱਥੇ ਜ਼ਿਕਰਯੋਗ ਹੈ ਕਿ ਤਰਨਤਾਰਨ ਸਾਹਿਬ ਵਿੱਚ ਹੁਣ ਤੱਕ ਜਿਹੜਾ ਇੱਕ ਵੀ ਪੋਜ਼ਿਟਿਵ ਮਾਮਲਾ ਸਾਹਮਣੇ ਨਹੀਂ ਸੀਗਾ। ਪਰ ਜਿਵੇਂ ਹੀ ਸ਼ਰਧਾਲੂ ਜਿਹੜੇ ਹਜੂਰ ਸਾਹਿਬ ਤੋਂ ਵਾਪਸ ਪਰਤੇ ਤਾਂ ਆਪਣੇ ਨਾਲ ਜਿਹੜੇ ਕਰੋਨਾ ਵੀ ਲੈ ਕੇ ਆਏ ਨੇ ਤੇ 6 ਜਿਹੜੇ ਪੋਜ਼ਿਟਿਵ ਰੂਪ ਵਿੱਚ ਸ਼ਰਧਾਲੂ ਸਾਹਮਣੇ ਆ ਚੁੱਕੇ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਤਰਨਤਾਰ ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਇੱਥੇ ਜ਼ਿਕਰ ਜੋਗਾ ਕਿ ਪੀੜਤ ਜਿਹੜੇ ਨੇ ਇਹ 25 ਅਪ੍ਰੈਲ ਨੂੰ ਜਿਹੜਾ ਸ਼ੁੱਕਰਵਾਰ ਨੂੰ ਬਲੈਰੋ ਅਤੇ ਇਨੋਵਾ ਗੱਡੀਆਂ ਵਿੱਚ ਜਿਹੜੇ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸਨ ਤਾਂ ਇਹਨਾਂ ਦੇ ਜੱਤ ਨੇ ਸੈਂਪਲ ਜਿਹੜੇ ਸ਼ਨੀਵਾਰ ਨੂੰ ਜਾਂਚ ਲਈ ਭੇਜੇ ਗਏ ਸਨ ਤਾਂ ਜਿਨ੍ਹਾਂ ਦੀ ਰਿਪੋਰਟ ਜਿਹੜੀ ਕੱਲ ਆਈ ਹੈ ਤੇ ਇਹ ਜਿਹੜੇ ਵਿਅਕਤੀ ਨੇ ਇਹ ਪੋਜ਼ਿਟਿਵ ਰੂਪ ਵਿੱਚ ਪਾਏ ਗਏ ਨੇ ਤੇ ਜਿਹੜੇ ਇਲਾਕੇ ਨੇ ਇਹ ਲੱਗੇ ਵਿੜੇ ਤਰਤਾ ਦੇ ਜੀ ਕਿ ਜਿਹੜਾ ਕਸਬਾ ਸੁਰਸਿੰਘ ਵਿੱਚ ਪੰਜ ਵਿਅਕਤੀ ਨੇ ਤੇ ਬਾਸਰਕੇ ਪਿੰਡ ਵਿੱਚ ਇੱਕ ਜਿਹੜੀ ਔਰਤ ਹੈ ਇਹਦੇ ਵਿੱਚ ਪੋਜ਼ੀਟਿਵ ਪਾਈ ਗਈ ਹੈ ਇਸ ਦੇ ਨਾਲ ਹੀ ਤਰਨਤਾਰਨ ਸਾਹਿਬ ਤੋਂ ਹੀ ਜਿਹੜੀ ਦੂਜੀ ਵੱਡੀ ਖਬਰ ਆ ਰਹੀ ਹੈ ਕਿ ਹਜ਼ੂਰ ਸਾਹਿਬ ਤੋਂ ਸ਼ਰਧਾਲਾਂ ਨੂੰ ਲਿਆਉਣ ਵਾਲੇ ਇੱਕ ਟੈਂਪੂ ਟਰੈਵਲਰ ਦਾ ਜਿਹੜਾ ਡਰਾਈਵਰ ਆ ਉਹ ਵੀ ਜਿਹੜਾ ਕਰੋਨਾ ਪੋਜ਼ਿਟਿਵ ਨਿਕਲਿਆ ਹੈ ਤਾਂ ਇਸ ਦੇ ਨਾਲ ਜਿਹੜਾ ਪੂਰੇ ਪ੍ਰਸ਼ਾਸਨ ਵਿੱਚ ਤਰਨਤਾਰਨ ਸਾਹਿਬ ਦੇ ਜ਼ਿਲ੍ਹੇ ਵਿੱਚ ਜਿਹੜਾ ਇੱਕ ਹੀ ਆਪ ਵੀ ਹਾਹਾਕਾਰ ਦਾ ਮਕਾਮ ਬਚ ਗਿਆ ਹੈ ਕਿਉਂਕਿ ਉਸ ਦੇ ਨਾਲ ਜਿਹੜੇ 11 ਸ਼ਰਧਾਲੂ ਵੀ ਉਸ ਟੈਂਪੂ ਟਰੈਵਲਰ ਵਿੱਚ ਆਏ ਸਨ ਸੋ ਜਿਸ ਤੋਂ ਬਾਅਦ ਜਿਹੜੇ ਸਰਹੱਦੀ ਇਲਾਕੇ ਦੇ ਖੇਮਖਾਨ ਨੇ ਵਿੱਚ ਜਿਹੜਾ ਕਾਫੀ ਜਿਹੜੀ ਹਲਚਲ ਪੈਦਾ ਹੋ ਗਈ ਤੇ ਇਸੇ ਸਿਲਸਿਲੇ ਦੇ ਸ਼ਰਧਾਲੂਆਂ ਨੂੰ ਜਿਹੜਾ ਜਾਂਚ ਲਈ ਭੇਜਿਆ ਗਿਆ ਹੈ ਤੇ ਉਸ ਤੋਂ ਬਾਅਦ ਟੈਂਪੂ ਟਰੈਵਲਰ ਦੇ ਜਿਹੜੇ ਡਰਾਈਵਰ ਦੁਆਰਾ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਤਾਂ ਉਸ ਨੇ ਕਿਹਾ ਕਿ ਉਹ ਪੋਜ਼ਿਟਿਵ ਨਹੀਂ ਹੈ ਤੇ ਉਸ ਦਾ ਹਾਲੇ ਤੱਕ ਕੋਈ ਟੈਸਟ ਵੀ ਨਹੀਂ ਹੋਇਆ ਹੈ ਸੋ ਇਸ ਦੇ ਸੰਬੰਧੀ ਜਿਹੜੀ ਅਸਲ ਜਾਣਕਾਰੀ ਹੈ ਉਹਦੇ ਸੰਬੰਧੀ ਜਿਹੜਾ ਕੋਈ ਕਹੀ ਆਪਾਂ ਬਈ ਸਾਫ ਰੂਪ ਵਿੱਚ ਸਾਹਮਣੇ ਨਹੀਂ ਆ ਰਹੀ ਹੈ ਪ੍ਰਸ਼ਾਸਨ ਵੱਲੋਂ ਖਬਰ ਜਾਰੀ ਹੋ ਚੁੱਕੀ ਹੈ ਕਿ ਟੈਂਪੂ ਟਰੈਵਲਰ ਜਿਹੜਾ ਉਹ ਪੋਜ਼ਿਟਿਵ ਹੈ ਤੇ ਟੈਂਪੂ ਡਰਾਈਵਰ ਨੇ ਇਹ ਵੀਡੀਓ ਜਾਰੀ ਕੀਤੀ ਹੈ ਕਿ ਉਸ ਦਾ ਹਾਲ ਤੱਕ ਕੋਈ ਟੈਸਟ ਵੀ ਨਹੀਂ ਹੋਇਆ ਹੈ। ਤੇ ਉਸ ਤੋਂ ਬਾਅਦ ਅਗਲੀ ਖਬਰ ਚੰਡੀਗੜ੍ਹ ਤੋਂ ਹੈ ਕਿ ਚੰਡੀਗੜ੍ਹ ਵਿੱਚ ਵੀ ਜਿਵੇਂ ਜਿਹੜੇ 5 ਪੋਜ਼ਿਟਿਵ ਰੂਪੇ ਜਿਹੜੇ ਮਾਮਲੇ ਸਾਹਮਣੇ ਆਏ ਨੇ ਪਿਛਲੇ ਦਿਨੀ 4 ਮਾਮਲੇ ਆਏ ਸੀਗੇ ਤਾਂ ਦੇਰ ਰਾਤ ਜਿਹੜੀ ਰਿਪੋਰਟ ਮਿਲੀ ਉਹਦੇ ਤੋਂ ਬਾਅਦ 5 ਹੋਰ ਨਵੇਂ ਮਾਮਲੇ ਸਾਹਮਣੇ ਆ ਗਏ ਨੇ ਤਾਂ ਜਿਸ ਦੇ ਕਾਰਨ ਜਿਹੜੀ ਗਿਣਤੀ ਆ ਉਹ 45 ਤੱਕ ਪਹੁੰਚ ਚੁੱਕੀ ਹੈ। ਤੇ ਇੱਕ ਦਿਨ ਦੇ ਵਿੱਚ ਹੀ ਜਿਹੜੇ 9 ਮਾਮਲੇ ਸਾਹਮਣੇ ਆ ਚੁੱਕੇ ਨੇ ਸੋ ਚੰਡੀਗੜ੍ਹ ਵਿੱਚ ਵੀ ਜਿਹੜੇ ਕੇਸ ਨੇ ਉਹ ਬਕਵਾਹ ਜਿਹੜੇ ਵਧਨੇ ਫਿਰ ਆਰੰਭ ਹੋ ਗਏ ਨੇ ਤੇ ਉਸ ਤੋਂ ਬਾਅਦ ਅਗਲੀ ਖਬਰ ਆ ਕਿ ਕੱਲ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ 3 ਘੰਟੇ ਤੱਕ ਜਿਹੜੀ ਵੀਡੀਓ ਕਾਨਫਰੰਸ ਚੱਲੀ ਹੈ ਮੁੱਖ ਮੰਤਰੀਆਂ ਨਾਲ ਤਾਂ ਉਸ ਤੋਂ ਬਾਅਦ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਤਾਂ ਉਹਦੇ ਵਿੱਚ ਜਿਹੜਾ ਕਈ ਰਾਜ ਦੇ ਜਿਹੜੇ ਸੂਬੇ ਨੇ ਸੂਬਿਆਂ ਨੇੜੇ ਉਹਨਾਂ ਦੇ ਮੁੱਖ ਮੰਤਰੀਆਂ ਨੇ ਕਿਹਾ ਹੈ ਵੀ ਜਿਹੜਾ ਲੋਕਡਾਊਨ ਅੱਗੇ ਵਧਾਉਣਾ ਚਾਹੀਦਾ ਹੈ ਤਾਂ ਇਸ ਦਬੱਲੋ ਜਿਹੜੇ ਪ੍ਰਧਾਨ ਮੰਤਰੀ ਵੱਲੋਂ ਵੀ ਜਿਹੜੇ ਸੰਕੇਤ ਜ਼ਾਹਿਰ ਕੀਤੇ ਗਏ ਨੇ ਕਿ ਜਿਹੜਾ ਲੋਕਡਾਊਨ ਆ ਉਹ ਅੱਗੇ ਵਧਾਇਆ ਜਾ ਸਕਦਾ ਹੈ ਪਰ ਉਸ ਦੇ ਨਾਲ ਨਾਲ ਜਿਹੜੀ ਇਹ ਖਬਰ ਵੀ ਆ ਰਹੀ ਹੈ ਕਿ ਜਿਹੜਾ ਲੋਕਡਾਊਨ ਆ ਇਹ ਜਿਹੜੇ ਹੌਟਸਪੌਟ ਇਲਾਕੇ ਹੋਣਗੇ ਮਤਲਬ ਜਿਹੜੇ ਇਲਾਕਿਆਂ ਵਿੱਚ ਵਾਇਰਸ ਦਾ ਜਿਹੜਾ ਸੰਕਰਮਣ ਜ਼ਿਆਦਾ ਪਾਇਆ ਜਾਂਦਾ ਹੈ ਜ਼ਿਆਦਾ ਮਰੀਜ਼ ਨੇ ਤਾਂ ਉਹਨਾਂ ਇਲਾਕਿਆਂ ਵਿੱਚ ਜਿਹੜਾ ਲੋਕਡਾਊਨ ਪੂਰੀ ਤਰ੍ਹਾਂ ਸਖਤੀ ਨਾਲ ਰਹੇਗਾ ਪਰ ਜਿਹੜੇ ਗ੍ਰੀਨ ਜ਼ੋਨ ਵਿੱਚ ਹੋਣਗੇ ਤਾਂ ਉਹਨਾਂ ਜ਼ਿਲ੍ਹਿਆਂ ਜਾਂ ਇਲਾਕਿਆਂ ਵਿੱਚ ਜਿਹੜਾ ਲੋਕਡਾਊਨ ਤੋਂ ਕਾਫੀ ਢਿੱਲਾ ਜਿਹੜੀ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਜਿਵੇਂ ਪੰਜਾਬ ਵਿੱਚ ਜਿਹੜੇ ਗ੍ਰੀਨ ਜ਼ੋਨ ਵਿੱਚ ਜਿਹੜੇ ਜ਼ਿਲ੍ਹੇ ਹਨ ਜਿਵੇਂ ਬਠਿੰਡਾ ਫਾਜ਼ਿਲਕਾ ਅਤੇ ਤਰਨਤਾਰਨ ਸਾਹਿਬ ਜਿਹੜਾ ਗ੍ਰੀਨ ਜ਼ੋਨ ਵਿੱਚ ਸੀ ਪਰ ਪਿਛਲੇ ਹੀ ਦਿਨ ਜਿਹੜੇ 6 ਨਵੇਂ ਮਾਮਲੇ ਸਾਹਮਣੇ ਆਉਣ ਕਰਕੇ ਉਹ ਗ੍ਰੀਨ ਜ਼ੋਨ ਵਿੱਚੋਂ ਨਿਕਲ ਗਿਆ ਹੈ ਹੁਣ ਸਿਰਫ ਬਠਿੰਡਾ ਤੇ ਫਾਜ਼ਿਲਕਾ ਹੀ ਜਿਹੜੇ ਦੋ ਜ਼ਿਲ੍ਹੇ ਰਹਿ ਗਏ ਹਨ ਜਿਹੜੇ ਗ੍ਰੀਨ ਜ਼ੋਨ ਦੇ ਵਿੱਚ ਹਨ ਤਾਂ ਇਹਨਾਂ ਜ਼ਿਲ੍ਹਿਆਂ ਵਿੱਚ ਜਿਹੜਾ ਲੋਕਡਾਊਨ ਦੇ ਵਿੱਚ ਕਾਫੀ ਜਣਾ ਢਿੱਲ ਹੋ ਸਕਦੀ ਹੈ ਹੋ ਸਕਦਾ ਹੈ ਵੀ ਇਹਨਾਂ ਜ਼ਿਲ੍ਹਿਆਂ ਵਿੱਚ ਲੋਕਡਾਊਨ ਖੁੱਲ ਜਾਵੇ ਪਰ ਬਾਕੀ ਜ਼ਿਲ੍ਹਿਆਂ ਵਿੱਚ ਜਿਹੜਾ ਲੋਕਡਾਊਨ ਆ ਉਹ ਵਾਇਰਸ ਦੇ ਪੋਜ਼ਿਟਿਵ ਮਾਮਲਿਆਂ ਦੇ ਆਧਾਰ ਤੇ ਜਿਹੜੀ ਉਹਨਾਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ ਤੇ ਇਸ ਦੇ ਸੰਬੰਧੀ ਜਿਹੜਾ 100% ਜਿਹੜਾ ਫੈ ਪੰਜਾਬ ਦੇ ਕਮੇਟੀ ਦੇ ਜਿਹੜੇ ਮੈਂਬਰ ਨੇ ਤੇ ਨਾਲ ਹੀ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੀ ਬੈਠਕ ਹੋਣ ਜਾ ਰਹੀ ਹੈ ਤਾਂ 30 April ਤੋਂ ਬਾਅਦ ਜਿਹੜਾ ਫੈਸਲਾ ਉਹ ਸਾਹਮਣੇ ਆ ਸਕਦਾ ਹੈ ਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਪੰਜਾਬ ਦੀ ਕਮਾਂਡ ਡਾਕਟਰ ਮਨਮੋਨ ਸਿੰਘ ਦੇ ਹੱਥ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਬੇਨਤੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੋ ਕਿ ਇੱਕ ਵੱਡੇ ਅਰਥਸ਼ਾਸਤਰੀ ਹਨ ਤੇ ਉਹਨਾਂ ਨੇ ਪੰਜਾਬ ਦੇ ਵਿਕਾਸ ਅਤੇ ਆਰਥਿਕਤਾ ਨੂੰ ਬਹਾਲ ਕਰਨ ਲਈ ਸਰਕਾਰ ਨੂੰ ਸਮੁੱਚੀ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਜੀ ਦੀ ਬੇਨਤੀ ਆ ਉਹਨੂੰ ਸਵਿਕਾਰ ਕਰ ਲਿਆ ਹੈ ਤੇ ਹੁਣ ਜਿਹੜੀ ਭਾਰਤ ਦੇ ਪੱਧਰ ਦੇ ਨਾਲ ਜਿਹੜੀ ਪੰਜਾਬ ਦੀ ਆਰਥਿਕ ਸਥਿਤੀ ਆ ਤਾਂ ਉਹਨੂੰ ਇੱਕ ਵਾਰ ਦੁਬਾਰਾ ਫਿਰ ਤੋਂ ਲੀਹਾਂ ਉੱਤੇ ਲਿਆਉਣ ਦੇ ਲਈ ਜਿਹੜਾ ਆਪਣੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੁਆਰਾ ਜਿਹੜੇ ਕਾਰਜ ਨੇ ਉਹ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਰ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਵਾਇਰਸ ਦੇ ਖਿਲਾਫ ਜੰਗ ਵਿੱਚ ਹੱਥ ਵਟਾਉਂਦੇ ਹੋਏ 20 ਲੱਖ ਰੁਪਏ ਦੀ ਜਿਹੜੀ ਲਾਗਤ ਵਾਲੀ ਇੱਕ ਵਿਦੇਸ਼ ਤੋਂ ਜਿਹੜੀ ਕੋਵਿਡ ਦੀ ਟੈਸਟਿੰਗ ਮਸ਼ੀਨ ਮੰਗਵਾ ਕੇ ਜਲਾਲਾਬਾਦ ਦੇ ਸਿਵਲ ਹਸਪਤਾਲ ਨੂੰ ਪਹੁੰਚਾਈ ਹੈ ਪਹੁੰਚਾਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਸੰਸਦ ਦੀ ਇਲਾਕੇ ਦੇ ਜਿਹੜੇ ਲੋਕਾਂ ਦੇ ਲਈ 50 ਹਜ਼ਾਰ ਸੈਨੀਟਾਈਜ਼ਰ ਦੀਆਂ ਬੋਤਲਾਂ ਵੀ ਦਿੱਤੀਆਂ ਹਨ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਐਂਬੂਕੀ ਐਂਬੂਲੈਂਸਾਂ ਵੀ ਜਿਹੜੀਆਂ ਹਸਪਤਾਲਾਂ ਨੂੰ ਪੇਂਟ ਕੀਤੀਆਂ ਹਨ ਤੇ ਇਸ ਤੋਂ ਨਾਲ ਤਾਂ ਕਿ ਜਿਹੜਾ ਸਰਹੱਦੀ ਖੇਤਰਾਂ ਵਿੱਚ ਜਿਹੜਾ ਕੋਈ ਵੀ ਵਿਅਕਤੀ ਆ ਉਹ ਕਿਸੇ ਵੀ ਤਰ੍ਹਾਂ ਇਲਾਜ ਤੋਂ ਵਾਂਝਾ ਨਾ ਰਹੇ। ਸੋ ਅਗਲੀ ਖਬਰ ਹੈ ਕਿ ਕੈਪਟਨ ਮਨਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਜਿਹੜਾ ਸੀਮਤ ਜ਼ੋਨਾਂ ਨੂੰ ਛੱਡ ਕੇ ਛੋਟੀਆਂ ਦੁਕਾਨਾਂ ਕਾਰੋਬਾਰ ਤੇ ਉਦਯੋਗ ਖੋਲਣ ਦੀ ਅੱਗਿਆ ਮੰਗੀ ਹੈ। ਅਮਨਿੰਦਰ ਸਿੰਘ ਨੇ ਕੋਵਿਡ ਸੰਕਟ ਦੇ ਮੱਦੇਨਜ਼ਰ ਪੰਜਾਬ ਦੀਆਂ ਅਹਿਮ ਲੋੜਾਂ ਨੂੰ ਪੂਰਾ ਕਰਨ ਲਈ ਕੇਂਦਰ ਦਾ ਧਿਆਨ ਜਿਹੜਾ ਲੰਬੇ ਤੋਂ ਮਾਮਲੇ ਵੱਲ ਦਿਵਾਇਆ ਹੈ। ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਇਲਾਕਿਆਂ ਵਿੱਚ ਜਿਹੜੇ ਵਾਇਰਸ ਦਾ ਹੁਣ ਸੰਕਰਮਣ ਘਟ ਰਿਹਾ ਹੈ ਤਾਂ ਜਿਹੜੇ ਜ਼ਿਲ੍ਹੇ ਮੁਕਤ ਹੋ ਚੁੱਕੇ ਹਨ ਤਾਂ ਉਹਨਾਂ ਵਿੱਚ ਜਿਹੜਾ ਦੁਕਾਨਾਂ ਕਾਰੋਬਾਰ ਜੋ ਕਾਰਖਾਨੇ ਫੈਕਟਰੀਆਂ ਖੋਲਣ ਦੀ ਇਜਾਜ਼ਤ ਐੜੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਪੰਜਾਬ ਸਰਕਾਰ ਨੇ ਰਾਜਸਥਾਨ ਦੇ ਕੋਟਾ ਵਿਖੇ ਵਿੱਚ ਜਿਹੜੇ ਜਿਹੜੇ ਵਿਦਿਆਰਥੀ 152 ਫਸੇ ਹੋਏ ਸਨ ਤਾਂ ਉਹਨਾਂ ਨੂੰ ਜਿਹੜਾ ਪੀਆਰਟੀਸੀ ਦੀਆਂ ਬੱਸਾਂ ਦੁਆਰਾ ਜਿਹੜਾ ਵਾਪਸ ਬੁਲਾ ਲਿਆ ਹੈ ਤੇ ਉਹਨਾਂ ਦੇ ਜਿਹੜੇ ਜਾਂਚ ਮੈਡੀਕਲ ਜਾਂਚ ਕਰਕੇ ਤਾਂ ਉਹਨਾਂ ਨੂੰ ਘਰਾਂ ਵਿੱਚ ਭੇਜ ਦਿੱਤਾ ਗਿਆ ਹੈ ਤਾਂ ਅਗਲੀ ਖਬਰ ਹੈ ਕਿ ਮਾਸਕ ਤੇ ਫੇਸ ਕਵਰ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਇਹ ਜਿਹੜਾ ਬਿਆਨ ਹੈ ਪ੍ਰਧਾਨ ਮੰਤਰੀ ਮੋਦੀ ਦੁਆਰਾ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਵਾਇਰਸ ਦੇ ਖਿਲਾਫ جنگ ਹੈ ਲੰਬੀ ਜੱਲਣ ਵਾਲੀ ਹੈ ਤੇ ਉਹਨਾਂ ਨੇ ਵਿਚਾਰ ਇਹ ਵੀ ਕਿਹਾ ਵੀ ਜਿਹੜਾ ਜੂਨ ਅਤੇ ਜੁਲਾਈ ਦੇ ਮਹੀਨੇ ਵਿੱਚ ਜਿਹੜਾ ਸੰਕਰਮਣ ਆ ਉਹ ਕਾਫੀ ਵੱਡੇ ਪੱਧਰ ਤੇ ਪੂਰੇ ਭਾਰਤ ਵਿੱਚ ਹੋ ਸਕਦਾ ਹੈ ਸੋ ਇਸ ਬਿਆਨ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜਾ ਲਾਕਡਾਊਨ ਆ ਭਾਰਤ ਦਾ ਉਹ ਫਿਲਹਾਲ ਜਿਹੜਾ ਖੁੱਲਣ ਦੇ ਇਸ਼ਾਰ ਨੇ ਕਾਫੀ ਘੱਟ ਨਜ਼ਰ ਆ ਰਹੇ ਨੇ ਕਿਉਂਕਿ ਅਜੇ ਇਹ ਬਿਆਨ ਸਾਹਮਣੇ ਆਉਣ ਤੱਕ ਜਿਹੜੇ ਜਿਹੜੇ ਅਸਾਰ ਨਹੀਂ ਹੀ ਲੱਗ ਰਹੇ ਨੇ ਵੀ ਜਿਹੜਾ ਲੋਕਡਾਊਨ ਆ ਉਹ ਅੱਗੇ ਵਧਾਇਆ ਜਾ ਸਕਦਾ ਹੈ। ਸੋ ਅਗਲੀ ਖਬਰ ਹੈ ਕਿ ਸੁਪਰੀਮ ਕੋਰਟ ਵਿੱਚ ਜਿਹੜੇ ਇੱਕ ਕਰਮਚਾਰੀ ਆ ਉਹ ਕੋਰੋਨਾ ਨਾਲ ਵਾਇਰਸ ਜਿਹੜਾ ਪੋਜ਼ਿਟਿਵ ਰੂ ਵਿੱਚ ਸਾਹਮਣੇ ਆਇਆ ਹੈ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਦੋ ਰਜਿਸਟਰਾਰ ਨੂੰ ਜਿਹੜਾ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ ਤੇ ਇਸ ਦੇ ਸਬੰਧੀ ਜਿਹੜੀ ਇਹ ਜਾਣਕਾਰੀ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿ ਜੋ ਵਿਅਕਤੀ ਵਾਇਰਸ ਨਾਲ ਪਾਇਆ ਗਿਆ ਹੈ ਤਾਂ ਉਹ ਕਿਸ ਦੇ ਸੰਪਰਕ ਵਿੱਚ ਆਇਆ ਸੀ। ਤੇ ਜੇਕਰ ਪੰਜਾਬ ਰਾਜ ਵਿੱਚ ਕਣਕ ਦੀ ਖਰੀਦ ਬਾਰੇ ਗੱਲ ਕੀਤੀ ਜਾਵੇ ਤਾਂ ਹੁਣ ਤੱਕ 13ਵੇਂ ਦਿਨ ਤੱਕ ਜਿਹੜਾ 6,70,207 ਜਿਹੜੀ ਮੀਟ੍ਰਿਕ ਟਨ ਕਣਕ ਆ ਉਹਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਦੇ ਵਿੱਚ ਉਹ ਸਰਕਾਰੀ ਏਜੰਸੀਆਂ ਵੱਲੋਂ 6,68,436 ਮੀਟ੍ਰਿਕ ਟਨ ਅਤੇ ਆੜਤੀਆਂ ਦੁਆਰਾ 1,771 ਮੀਟ੍ਰਿਕ ਟਨ ਦੀ ਜਿਹੜੀ ਕਣਕ ਆ ਹੁਣ ਤੱਕ ਖਰੀਦੀ ਜਾ ਚੁੱਕੀ ਹੈ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਦੇ ਦਫ਼ਤਰ ਦਾ ਗਾਰਡ ਆ ਜੋ ਉਹ ਵੀ ਟੈਸਟ ਦੇ ਨਾਲ ਜਿਹੜਾ ਇਸ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ ਤੇ ਇਹ ਗਾਰਡ ਆ ਜਿਹੜਾ ਸਿਹਤ ਮੰਤਰੀ ਏਮਜ਼ ਦਿੱਲੀ ਦੇ ਜਿਹੜੇ ਟੀਚਿੰਗ ਬਲਾਕ ਹੋ ਕੇ OSD ਦੇ ਦਫ਼ਤਰ ਵਿਖੇ ਤਾਇਨਾਤ ਸੀ ਤਾਂ ਉਸ ਤੋਂ ਬਾਅਦ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਜੋ ਵੀ ਕਰਮਚਾਰੀ ਇਸ ਦੇ ਸੰਪਰਕ ਵਿੱਚ ਆਏ ਸਨ ਤਾਂ ਉਹਨਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਸੋ ਅਗਲੀ ਖਬਰ ਹੈ ਕਿ ਪੰਜਾਬ ਪੁਲਿਸ ਦਾ ਆਪਣੇ ਬਹਾਦਰ ਜਵਾਨ ਨੂੰ ਅਨੋਖਾ ਸਨਮਾਨ ਡੀਜੀਪੀ ਸਮੇਤ 83000 ਪੁਲਿਸ ਕਰਮੀਆਂ ਨੇ ਨੇਮ ਪਲੇਟ ਤੇ ਮੈਂ ਵੀ ਹਰਜੀਤ ਸਿੰਘ ਲਿਖਵਾਇਆ ਇੱਥੇ ਜਿਗਰਜੋਗ ਹੈ ਕਿ ਪਟਿਆਲਾ ਦੀ ਸਨੌਰ ਮੰਡੀ ਵਿਖੇ ਜਿਹੜੇ ਜ਼ਖਮੀ ਹੋਏ ਜੀ ਈਐਸਆਈ ਹਰਜੀਤ ਸਿੰਘ ਜਿਸ ਦਾ ਹੱਥ ਕੱਟਿਆ ਗਿਆ ਸੀ ਤਾਂ ਉਸ ਨੂੰ ਸਰਕਾਰ ਦੁਆਰਾ ਪ੍ਰੋਮੋਸ਼ਨ ਦੇ ਕੇ ਸਬ ਇਨਸਪੈਕਟਰ ਦੀ ਜਿਹੜਾ ਪੌਦਾ ਦੇ ਦਿੱਤਾ ਗਿਆ ਹੈ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਨਵੇਂ ਪਲੇਟ ਉੱਪਰ ਜਿਹੜਾ ਹਰਜੀਤ ਸਿੰਘ ਦਾ ਨਾਮ ਲਿਖਾ ਕੇ ਉਸ ਨੂੰ ਇੱਕ ਵੱਖਰੇ ਢੰਗ ਨਾਲ ਜਿਹੜਾ ਸਨਮਾਨ ਦਿੱਤਾ ਹੈ ਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਦੁਨੀਆ ਵਿੱਚ ਲਗਭਗ 30 ਲੱਖ ਤੋਂ ਜ਼ਿਆਦਾ ਜਿਹੜੇ ਲੋਕ ਨੇ ਇਸ ਵਾਇਰਸ ਦੀ ਰਿਪੀਟ ਵਿੱਚ ਆ ਚੁੱਕੇ ਨੇ ਤੇ 2 ਲੱਖ ਤੋਂ ਜ਼ਿਆਦਾ ਜਿਹੜੀਆਂ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਪਰ ਜਿਹੜੇ ਹੁਣ ਤਾਜ਼ਾ ਰਿਪੋਰਟ ਮਿਲ ਗਿਆ ਉਹਦੇ ਮੁਤਾਬਕ ਜਿਹੜੀਆਂ ਮੌਤਾਂ ਦਾ ਅੰਕੜਾ ਜਿਹੜਾ ਹੁਣ ਘਟਣਾ ਸ਼ੁਰੂ ਹੋ ਗਿਆ ਹੈ ਪੂਰੇ ਵਿਸ਼ਵ ਵਿੱਚ ਸੋ ਇਹ ਹਨ ਅੱਜ ਸਵੇਰ ਦੀਆਂ ਕੁਝ ਮੁੱਖ ਵੱਡੀਆਂ ਖਬਰਾਂ ਬਾਕੀ ਆਉਣ ਵਾਲੇ ਸਮੇਂ ਦੀ ਜਾਣਕਾਰੀ ਫਿਰ ਤੋਂ ਅੱਡਰ ਲਈ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ